ਸਾਰਿਆਂ ਨੂੰ। ਅੱਜ ਦੀ ਮੇਨ ਹੈਗੀ ਆ ਵੀ ਜਿਵੇਂ ਮਾਡਰਨ ਕੋਡ ਆਫ ਕੰਡਕਟ ਲੱਗ ਗਿਆ ਪੰਚਾਇਤਾਂ ਦੀਆਂ ਚੋਣਾਂ ਦਾ, ਉਹਦੇ ਤਹਿਤ ਸਾਡੀਆਂ ਜਿੰਨੀਆਂ ਪੰਚਾਇਤਾਂ ਨੇ 72 ਸਾਡੇ ਪਿੰਡ ਨੇ, ਅਤੇ ਉਹਦੇ ਵਿੱਚ ਬਿਲਕੁਲ ਸਮੂਥਲੀ ਟਰਾਂਸਪੇਰੈਂਟ ਇਲੈਕਸ਼ਨ ਕੀ ਕਹਿੰਦੇ ਆ ਉਹ ਬਿਲਕੁਲ ਅਮਲ 'ਚ ਲਿਆਂਦੀ ਜਾਊਗੀ ਚੋਣ ਪ੍ਰਕਿਰਿਆ। ਉਹਦੇ ਵਿੱਚ ਆਪਾਂ ਸਾਰੇ ਜਿਨ੍ਹਾਂ ਦੇ ਪਿੰਡ ਦੇ ਸਾਡੇ ਲਾਇਸੈਂਸਦਾਰ ਨੇ, 298 ਸਾਡੇ ਕੀ ਕਹਿੰਦੇ ਲਾਇਸੈਂਸਦਾਰ ਨੇ ਅਤੇ 322 ਵੈਪਨ ਨੇ, ਅਤੇ ਤੁਹਾਡੇ ਜ਼ਰੀਏ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੈਪਨ ਜਿਹੜੇ ਆ ਥਾਣਿਆਂ 'ਚ ਔਰ ਗਨ ਹਾਊਸ 'ਚ ਜਮ੍ਹਾਂ ਕਰਾ ਕੇ ਰਸੀਦਾਂ ਦਿੱਤੀਆਂ ਜਾਣ। ਇਹਦੇ ਲਈ ਆਪਾਂ ਨਿੱਜੀ ਤੌਰ 'ਤੇ ਇੱਕ ਵਾਹਨ ਵੀ ਕੀਤਾ, ਸਪੀਕਰ ਦੇ ਨਾਲ ਉਹ ਮੁਨਾਦੀ ਵੀ ਕਰਾ ਰਹੇ ਹਾਂ ਪਿੰਡਾਂ ਦੇ ਵਿੱਚ ਅਤੇ ਟੈਲੀਫੋਨ 'ਤੇ ਵੀ ਇਤਲਾਹ ਦੇ ਰਹੇ। ਇਹ ਬਸ 2 ਦਿਨ 'ਚ ਹੀ ਕਰਵਾ ਲਾਂਗੇ ਜੀ, ਕਿਉਂਕਿ ਬਹੁਤ ਘੱਟ ਸਮਾਂ, 15 ਤਰੀਕ ਨੂੰ ਚੋਣ ਆ ਇਹਦੇ ਸੰਬੰਧ 'ਚ। ਉਸ ਤੋਂ ਇਲਾਵਾ ਜਿਹੜੀਆਂ ਰਾਮਲੀਲਾ ਨੇ ਆਪਣੇ 2 ਤਰੀਕ ਤੋਂ ਜਾਂ 1 ਤੋਂ ਰਾਮਲੀਲਾ ਵੀ ਜਿਹੜੀਆਂ ਸ਼ੁਰੂ ਹੋ ਰਹੀਆਂ ਨੇ, ਇਲੈਕਸ਼ਨ ਤੋਂ ਬਾਅਦ ਪਹਿਲੋਂ 12 ਤਰੀਕ ਨੂੰ ਦੁਸਹਿਰਾ ਵੀ ਆ, ਉਹਦੇ ਰਿਗਾਰਡਿੰਗ ਵੀ ਜਿਹੜੀਆਂ ਡਿਊਟੀਆਂ ਸਰਚ ਆ ਪੈਟਰੋਲਿੰਗ ਆ ਉਹ ਵਧਾਈ ਜਾ ਰਹੀ ਆ ਰਾਮਲੀਲਾ ਦੀ ਡਿਊਟੀ ਵੀ। ਅਤੇ ਅਸਲਾ ਧਾਰਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਰੰਤ ਆਪਣਾ ਅਸਲਾ ਜਿਹੜਾ ਉਹ ਜਮ੍ਹਾਂ ਕਰਵਾਇਆ ਜਾਵੇ। ਸਾਡੇ ਅੰਦਰ 72 ਪਿੰਡ ਆ ਜੀ ਨੰਗਲ ਨਿਆ ਨੰਗਲ ਦੇ ਵਿੱਚ। ਉਹਦੇ ਲਈ ਜਿਹੜੇ ਆ ਵੈਪਨ ਆਪਾਂ ਟੈਲੀਫੋਨ 'ਤੇ ਉੱਦਾਂ ਪਿੰਡਾਂ ਦੇ ਵਿੱਚ ਮੁਨਾਦੀ ਕਰਾ ਕੇ ਅਨਾਊਂਸਮੈਂਟ ਕਰਾ ਕੇ ਤੁਹਾਡੇ ਜਿਹੜੀ ਵੀ ਬੇਨਤੀ ਕਰਤੀ ਆ ਵੀ ਆਪਾਂ ਕੱਲ੍ਹ ਤੱਕ ਅਸਲੇ ਜਮ੍ਹਾਂ ਕਰਵਾ ਲੈਣੇ ਨੇ, ਅਤੇ ਪੈਟਰੋਲਿੰਗ ਜਿਹੜੀਆਂ ਨੇ SHO ਸਾਹਿਬ ਹੋ ਗਏ ਨੰਗਲ ਨਿਆ ਨੰਗਲ ਪੂਰੀ ਪੁਲਿਸ ਜਿਹੜੀ ਆ ਏਰੀਏ ਦੇ ਵਿੱਚ ਆ ਬਿਲਕੁਲ ਸ਼ਾਂਤੀਪੂਰਵਕ ਇਲੈਕਸ਼ਨ ਸਿਰੇ ਚੜ੍ਹੀ ਜਾਏ। ਆਏਗੀ ਜੀ ਫੋਰਸ ਆਏਗੀ, ਬਿਲਕੁਲ ਸ਼ਾਂਤੀਪੂਰਨ ਇਲੈਕਸ਼ਨ ਕਰਾਇਆ ਜਾਏਗਾ, ਕੋਈ ਚਿੰਤਾ ਵਾਲੀ ਗੱਲ ਨਹੀਂ। ਜਿਨ੍ਹਾਂ ਕੋਲ ਗੈਰ ਲਾਇਸੈਂਸੀ ਅਸਲਾ ਉਹਨਾਂ 'ਤੇ ਮੁਕੱਦਮਾ ਦਰਜ ਕੀਤਾ ਜਾਊ, ਪੂਰੀ ਸਖਤਾਈ ਕੀਤੀ ਆਪਾਂ। ਜਿੰਨੀਆਂ ਵੀ 2-4 ਘਟਨਾਵਾਂ ਆਪਾਂ ਹੁਣੇ ਕਰੰਟਲੀ ਨੰਗਲ ਦੇ ਵਿੱਚ ਹੋਈਆਂ ਤੁਰੰਤ ਗ੍ਰਿਫਤਾਰੀਆਂ ਕੀਤੀਆਂ ਗਈਆਂ, ਤੁਹਾਡਾ ਔਰ ਪਬਲਿਕ ਦਾ ਪੂਰਾ ਸਹਿਯੋਗ ਹੈ ਸਾਨੂੰ, ਆਪਾਂ 24 ਘੰਟੇ ਤੁਹਾਡੇ ਵਿੱਚ ਹਾਂ। ਬਸ ਉਹ ਹੋ ਗਏ ਨੇ ਜੀ, ਉਹ ਦਰਜਾਬੰਦੀ ਕੀਤੀ ਜਾ ਰਹੀ ਹੈ, ਕਿੰਨੇ ਬੂਥ ਕਿਸ ਪਿੰਡ 'ਚ ਵੱਧ ਨੇ ਘੱਟ ਨੇ ਸੈਂਸਿਟਿਵ ਨੋਨ ਸੈਂਸਿਟਿਵ, ਉਹ ਸਾਰਾ ਹੋ ਰਿਹਾ, ਪ੍ਰਕਿਰਿਆ ਮੁਕੰਮਲ ਹੋ ਗਈ।